ਹਾਂਜੀ ਦੋਸਤੋ ਸਵਾਗਤ ਹੈ ਸਾਡੇ ਚੈਨਲ ਤੇ ਜੇਕਰ ਤੁਸੀਂ ਵੀ ਕਰਦੇ ਹੋ ਬਸ ਦਾ ਸਫ਼ਰ ਤਾਂ ਹੋ ਜਾਓ ਸਾਵਧਾਨ ਕਿਤੇ ਤੁਹਾਡੇ ਨਾਲ ਨਾ ਵਾਪਰ ਜਾਵੇ ਆ ਕਟਣਾ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ ਜਿਸ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇੱਕ ਬਸ ਵਿੱਚ ਲੋਕ ਚੜ ਰਹੇ ਹਨ ਉਹਨਾਂ ਵਿੱਚੋਂ ਇੱਕ ਕਾਲੀ ਸ਼ਰਟ ਵਾਲਾ ਨੌਜਵਾਨ ਬਸ ਵਿੱਚ ਚੜਨ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਉਸਦੇ ਪਿੱਛੇ ਇੱਕ ਭਈਏ ਨੇ ਉਸਦੀ ਜੇਬ ਵਿੱਚ ਹੱਥ ਪਾਇਆ ਹੋਇਆ ਹੈ ਅਤੇ ਜਦੋਂ ਨੌਜਵਾਨ ਬਸ ਵਿੱਚ ਚੜ ਜਾਂਦਾ ਹੈ ਇਹ ਭਈਆ ਉਸਦਾ ਪਰਸ ਕੱਢ ਕੇ ਚਲਾ ਜਾਂਦਾ ਜਾਂਦਾ ਹੈ ਕਿਸੇ ਨੂੰ ਕੁਝ ਵੀ ਨਹੀਂ ਪਤਾ ਲੱਗਦਾ ਅਤੇ ਨਾ ਹੀ ਉਸ ਨੌਜਵਾਨ ਨੂੰ ਪਤਾ ਲੱਗਦਾ ਹੈ ਸੋ ਜਿੱਥੇ ਪਹਿਲਾਂ ਭਈਆਂ ਵੱਲੋਂ ਸ਼ਰਿਆਮ ਗੁੰਡਾਗਰਦੀ ਕੀਤੀ ਜਾਂਦੀ ਸੀ ਉੱਥੇ ਹੀ ਹੁਣ ਇਹਨਾਂ ਦੇ ਹੌਸਲੇ ਇੰਨੇ ਬੁਲੰਦ ਹੋ ਗਏ ਨੇ ਕਿ ਇਹ ਸ਼ਰਿਆਮ ਚੋਰੀਆਂ ਕਰਨ ਲੱਗ ਗਏ ਹਨ ਸੋ ਜੇਕਰ ਤੁਸੀਂ ਵੀ ਭੀੜ ਵਾਲੀ ਥਾਂ ਤੇ ਜਾਂਦੇ ਹੋ ਜਾਂ ਬੱਸ ਟ੍ਰੇਨ ਦਾ ਸਫ਼ਰ ਕਰਦੇ ਹੋ ਤਾਂ ਆਪਣੇ ਸਮਾਨ ਅਤੇ ਪਰਸ ਵਗੈਰਾ ਦਾ ਪੂਰਾ ਧਿਆਨ ਰੱਖੋ ਇਸ ਵੀਡੀਓ ਨੂੰ ਵੱਧ ਵੱਧ ਸ਼ੇਅਰ ਕਰਕੇ ਹਰ ਇੱਕ ਤੱਕ ਪਹੁੰਚਦੀ ਜ਼ਰੂਰ ਕਰਿਓ ਅਤੇ ਆਪਣੇ ਵਿਚਾਰ ਕਮੈਂਟਾਂ ਵਿੱਚ ਲਿਖ ਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ